ਬਾਬੇ ਸਾਬਰ ਦਰਵੇਸ਼ ਦੀ ਭਾਈਜਾਨ ਵੀਡੀਓ ਮੈਂ ਬਣਾ ਰਿਹਾ। ਨਜ਼ੀਰ ਅਹਿਮਦ ਮੇਰਾ ਨਾਮ ਹੈ, ਅਰਫਲਾ ਮੇਰਾ ਸ਼ਹਿਰ ਹੈ। ਬਾਬਾ ਸਾਬਰ ਦਰਵੇਸ਼ ਉਕਾੜੇ ਸ਼ਹਿਰ 'ਚ ਰਹਿੰਦਾ ਭਾਈਜਾਨ, ਉਕਾੜਾ ਜ਼ਿਲ੍ਹਾ ਭਾਈਜਾਨ। ਬਾਬੇ ਸਾਬਰ ਦਰਵੇਸ਼ ਦਾ ਇੱਕ ਟਿਕਾਣਾ ਨਹੀਂ ਹੈ। ਤੁਹਾਨੂੰ ਉਕਾੜੇ ਕੋਈ ਜਾਣਨ ਵਾਲਾ ਹੋਵੇ, ਕੋਈ ਤੁਹਾਡੇ ਤਲਕ ਵਾਲਾ ਹੋਵੇ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਉਕਾੜੇ ਹੋਵੇ, ਫਿਰ ਬਾਬੇ ਸਾਬਰ ਵੱਲ ਜਾਇਆ ਜੇ, ਨਹੀਂ ਤਾਂ ਨਾ ਜਾਇਆ ਜੇ। ਤੁਹਾਡੀ ਉੱਥੇ ਬੰਦਾ ਕੋਈ ਸਪੋਰਟ ਕਰੇ, ਗਲੀਆਂ ਮੁਹੱਲਿਆਂ ਦੇ ਵਿੱਚ ਫਿਰ ਤੁਰ ਕੇ ਭਾਈਜਾਨ ਉਹਨੂੰ ਲੱਭਣਾ ਪੈਂਦਾ ਹੈ। ਬਾਬੇ ਸਾਬਰ ਦਰਵੇਸ਼ ਦਾ ਇੱਕ ਟਿਕਾਣਾ ਨਹੀਂ ਹੈ। ਸੁਬਹਾਨ ਅੱਲਾ, ਅੱਲਾ ਪਾਕ ਨੇ ਰੰਗ ਰੰਗ ਕੇ ਦਰਵੇਸ਼ ਬਣਾਇਆ, ਜਿਹਨੂੰ ਦਿਲੋਂ ਦੁਆ ਕਰ ਦਿੰਦਾ ਅੱਲਾ ਪਾਕ ਉਸ ਬੰਦੇ 'ਤੇ ਰਹਿਮਤ ਕਰ ਦਿੰਦਾ, ਪਰੇਸ਼ਾਨੀਆਂ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ। ਇਹ ਜਿਹੜੀਆਂ ਬੰਦਿਆਂ 'ਤੇ ਜਾਦੂ ਟੂਣੇ ਨੇ, ਜਿਹੜਿਆਂ ਬੰਦਿਆਂ ਦੇ ਕਾਰੋਬਾਰ ਨਹੀਂ ਚੱਲ ਰਹੇ, ਜਿਹੜੇ ਬੰਦੇ ਬਾਹਰ ਦੇ ਮੁਲਕਾਂ 'ਚ ਫਸੇ ਹੋਏ ਨੇ, ਜਿਹੜਿਆਂ ਬੰਦਿਆਂ ਨੂੰ ਬਾਹਰ ਦੇ ਮੁਲਕਾਂ 'ਚ ਨੌਕਰੀਆਂ ਨਹੀਂ ਲੱਭਦੀਆਂ, ਜਿਹੜਿਆਂ ਬੰਦਿਆਂ ਦੇ ਕਾਗਜ਼ਾਂ ਦੇ ਮਸਲੇ ਨੇ, ਭਾਈਜਾਨ ਉਕਾੜੇ ਕੋਈ ਤੁਹਾਡਾ ਤਲਕ ਹੋਵੇ, ਬਾਬੇ ਸਾਬਰ ਨੂੰ ਲੱਭ ਲਭਾ ਕੇ ਤੁਹਾਡੀ ਵੀਡੀਓ ਕਾਲ 'ਤੇ ਦੁਆ ਕਰਵਾ ਦੇਵੇ। ਅੱਲਾ ਦੇ ਹੁਕਮ ਨਾਲ ਅੱਲਾ ਪਾਕ ਤੁਹਾਡੇ 'ਤੇ ਰਹਿਮਤ ਕਰ ਦੇਗਾ, ਪਰੇਸ਼ਾਨੀਆਂ ਦੁੱਖ ਤਕਲੀਫਾਂ ਭਾਈਜਾਨ ਦੂਰ ਹੋ ਜਾਣਗੀਆਂ, ਤੁਹਾਡਾ ਕਾਰੋਬਾਰ ਚੱਲੇਗਾ, ਪਰੇਸ਼ਾਨੀਆਂ ਤੁਹਾਡੇ ਤੋਂ ਉੱਡ ਜਾਣਗੀਆਂ। ਭਾਈਜਾਨ ਭਾਈਜਾਨ ਦਰਵੇਸ਼ ਬੰਦਾ ਜੇ ਉਹਦਾ ਇੱਕ ਟਿਕਾਣਾ ਨਹੀਂ, ਦਰਵੇਸ਼ ਦਾ ਅਤੇ ਪੰਛੀ ਦਾ ਭਾਈਜਾਨ ਟਿਕਾਣਾ ਨਹੀਂ, ਇਹ ਨਾਲੇ ਕੌਣ ਵੀ ਸਬਸਕ੍ਰਾਈਬ ਕਰ ਦੇਣਾ ਮਿਹਰਬਾਨੀ। ਮੇਰਾ ਵਟਸਐਪ ਨੰਬਰ ਹੈ 0301-2584-766। ਭਾਈਜਾਨ ਮੈਨੂੰ ਵੈਸ ਮੈਸੇਜ ਕਰੋਗੇ, ਮੈਂ ਕੁਛ ਟਿਕਾਣੇ ਬਾਬੇ ਸਾਬਰ ਦੇ ਦੱਸ ਦਿਆਂਗਾ। ਜੇ ਤੁਸੀਂ ਮੈਨੂੰ ਕਾਲਾਂ ਕਰੋਗੇ, ਮੈਂ ਤੁਹਾਡੀ ਕਾਲ ਵੀ ਨਹੀਂ ਚੁੱਕਾਂਗਾ, ਤੁਹਾਡਾ ਵੈਸ ਮੈਸੇਜ ਵੀ ਨਹੀਂ ਸੁਣਾਂਗਾ। ਮੈਂ ਅਰਫ ਵਾਲੇ ਸ਼ਹਿਰ ਰਹਿੰਦਾ, ਬਾਬੇ ਸਾਬਰ ਦਰਵੇਸ਼ ਨੂੰ ਮੈਂ ਉਦੋਂ ਦਾ ਜਾਣਨਾ, ਭਾਈਜਾਨ ਮੈਂ ਬੱਸ 'ਤੇ ਕਨੈਕਟਰੀ ਕਰਦਾ ਸੀ। ਬਾਬਾ ਸਾਬਰ ਦਰਵੇਸ਼ ਉਕਾੜੇ ਲਾਰੀ ਅੱਡੇ 'ਚ ਜ਼ਮੀਨ 'ਤੇ ਬੈਠਾ ਸੀ, ਐਵੇਂ ਛੇੜਖਾਨੀ ਮੈਂ ਕੀਤੀ। ਮੈਂ ਕਿਹਾ ਬਾਬਾ ਜੀ ਨੰਬਰ ਦੇਣਾ, ਪ੍ਰਾਈਜ਼ ਬਾਉਂਡ ਵਾਲਾ, ਲਾਟਰੀ ਵਾਲਾ ਨੰਬਰ ਦਿਓ। ਮੈਨੂੰ ਬਾਬੇ ਸਾਬਰ ਨੇ ਨੰਬਰ ਦੇ ਦਿੱਤਾ, ਮੈਂ ਲਿਖ ਕੇ ਪਰਚੀ ਜੇਬ 'ਚ ਪਾ ਲਈ, ਨੰਬਰ ਨਹੀਂ ਲਿਆ। ਮੈਂ ਦੁਬਾਰੇ ਫਿਰ ਕਨੈਕਟਰੀ 'ਤੇ ਆ ਗਿਆ, ਬੰਦਿਆਂ ਨੇ ਦੱਸਿਆ, ਬੇਲੀਆਂ ਨੇ ਦੱਸਿਆ ਵੀ ਆਹ ਨੰਬਰ ਚੱਲਿਆ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਨੰਬਰ ਫਲਾਣੇ ਬੰਦੇ ਨੇ ਦਿੱਤਾ ਸੀ ਉਕਾੜੇ ਸ਼ਹਿਰ 'ਚ। ਮੈਂ ਗੱਡੀ ਛੱਡੀ, ਫਿਰ ਬਾਬੇ ਸਾਬਰ ਨੂੰ ਲੱਭਣਾ ਸ਼ੁਰੂ ਹੋਇਆ। 20-22 ਸਾਲ ਤੋਂ ਮੈਂ ਬਾਬੇ ਸਾਬਰ ਦਰਵੇਸ਼ ਨੂੰ ਜਾਣਨਾ ਭਾਈਜਾਨ। ਭਾਈਜਾਨ ਤਵੀਜ਼ ਧਾਗਾ ਨਹੀਂ ਦਿੰਦਾ, ਪੈਸੇ ਨਹੀਂ ਲੈਂਦਾ, ਪਾਟੇ ਪੁਰਾਣੇ ਕੱਪੜੇ ਨੇ, ਗਲੀਆਂ ਮੁਹੱਲਿਆਂ 'ਚ ਟੁਰ ਫਿਰ ਕੇ ਉਹਨੂੰ ਲੱਭਣਾ ਪੈਂਦਾ। ਭਾਅ ਜੀ ਉਹਦਾ ਇੱਕ ਟਿਕਾਣਾ ਨਹੀਂ ਹੈ, ਲੱਭ ਜਾਂਦਾ ਪਰ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ। ਮੈਂ ਅਰਫ ਵਾਲਿਓਂ ਸ਼ਹਿਰ 'ਚ ਜਾ ਕੇ ਨਾ ਭਾਈਜਾਨ ਬਾਬੇ ਸਾਬਰ ਨੂੰ ਲੱਭ ਲੈਂਦਾ, ਪਰ ਕਦੇ ਕਦੇ ਮੈਨੂੰ ਵੀ ਨਹੀਂ ਲੱਭਦਾ ਭਾਈਜਾਨ। ਪਰ ਮੈਂ ਉਹਦੇ ਕਾਫੀ ਸਾਰੇ ਟਿਕਾਣੇ ਜਾਣਨਾ ਵਾਂ। ਮੈਂ ਜਦੋਂ ਅੱਲਾ ਦਾ ਨਾਂ ਲੈ ਕੇ ਘਰੋਂ ਟੁਰਾਂ, ਇਨਸ਼ਾਅੱਲਾ ਬਾਬਾ ਸਾਬਰ ਦਰਵੇਸ਼ ਲੱਭ ਜਾਂਦਾ। ਭਾਅ ਜੀ ਭਾਅ ਜੀ ਜਿਹਨੂੰ ਦਿਲੋਂ ਦੁਆ ਕਰ ਦਿੰਦਾ, ਜਿਹਨੂੰ ਪ੍ਰਾਈਜ਼ ਬੌਂਡ ਲਾਟਰੀ ਵਾਲਾ ਨੰਬਰ ਦੇ ਦੇਵੇ ਦਿਲੋਂ, ਉਹਦਾ ਲੱਗ ਜਾਂਦਾ ਭਾਈਜਾਨ। ਜਿਹਨੂੰ ਦੁਆ ਕਰ ਦੇਵੇ ਅੱਲਾ ਪਾਕ ਉਸ ਬੰਦੇ 'ਤੇ ਰਹਿਮਤ ਕਰ ਦਿੰਦਾ। ਅੱਲਾ ਪਾਕ ਬਾਬੇ ਸਾਬਰ ਦਰਵੇਸ਼ ਦੀ ਦੁਆ ਬੜੀ ਸੁਣਦਾ ਭਾਈਜਾਨ। ਦੁਨੀਆਦਾਰੀ ਵਾਲਾ ਉਹਦਾ ਜ਼ਿਹਨ ਨਹੀਂ ਹੈ, ਜ਼ਮੀਨ 'ਤੇ ਸੌਂਦਾ, ਜ਼ਮੀਨ 'ਤੇ ਬਹਿ ਕੇ ਖਾਂਦਾ। ਭਾਅ ਜੀ ਬਾਬੇ ਸਾਬਰ ਦਰਵੇਸ਼ ਦਾ ਘਰ ਬਾਰ ਵੀ ਹੈ, ਭੈਣ ਭਰਾ ਵੀ ਹੈ, ਰਿਸ਼ਤੇਦਾਰ ਵੀ ਹੈ, ਪਰ ਉੱਥੇ ਜਾਂਦਾ ਹੀ ਨਹੀਂ। ਭਾਅ ਜੀ ਬਾਬੇ ਸਾਬਰ ਨੂੰ ਲੱਭਣ ਦਾ ਇੱਕੋ ਹੀ ਤਰੀਕਾ ਹੈ, ਉਕਾੜੇ ਕੋ ਤੁਹਾਡਾ ਤਲਕ ਹੋਵੇ, ਬਾਬੇ ਸਾਬਰ ਨਾਲ ਥੋੜ੍ਹੀ ਜਿਹੀ ਜ਼ਿੱਦ ਕਰਨੀ ਪੈਂਦੀ। ਦਵਾ ਕਰਵਾਉਣ ਦਾ ਤਰੀਕਾ,
ਬੱਚਿਆਂ ਤਰ੍ਹਾਂ ਜਿੱਦ ਕਰਨੀ ਪੈਂਦੀ, ਬਾਬਾ ਜੀ ਆ ਚੁੱਕ ਕੇ ਦੁਆ ਕਰ ਦਿਓ, ਮਿਹਰਬਾਨੀ ਹੈ। ਝੱਟ ਬਾਅਦ ਫਿਰ ਕਹਿ ਦੇਣਾ ਬਾਬਾ ਜੀ ਆ ਚੁੱਕ ਕੇ ਦੁਆ ਕਰ ਦਿਓ। ਜੇ ਬਾਬੇ ਸਾਬਰ ਨੇ ਹੱਥ ਚੁੱਕ ਕੇ ਦੁਆ ਕਰਤੀ, ਅੱਲਾ ਦੀ ਤਰਫੋਂ ਤੁਹਾਨੂੰ ਰੰਗ ਲੱਗ ਜਾਣਗੇ, ਪਰੇਸ਼ਾਨੀਆਂ ਦੁੱਖ ਤਕਲੀਫਾਂ ਦੂਰ ਹੋ ਜਾਣੀਆਂ। ਭਾਅ ਜੀ ਕਦੇ ਫੇਕ ਵੀਡੀਓ ਨਹੀਂ ਬਣਾਈ, ਆਪਾਂ ਨੇਕੀਆਂ ਵਾਸਤੇ ਆਏ ਹਾਂ। ਕਰੋੜ ਗੁਨਾਹ ਹੋਵੇ, ਇੱਕ ਨੇਕੀ ਤੋਂ ਅੱਲਾ ਪਾਕ ਮਾਫ਼ ਕਰ ਦਿੰਦਾ। ਮਾਲਕ ਨੂੰ ਪਤਾ ਨਹੀਂ ਕਿਹੜੀ ਨੇਕੀ ਚੰਗੀ ਲੱਗ ਜੇ, ਪਰ ਦੁਨੀਆਂ 'ਚ ਮੁਨਾਫਕ ਲੋਕ ਨੇ, ਕਾਫੀ ਸਾਰੇ ਮੁਨਾਫਕ ਲੋਕ ਨੇ ਜਿਹੜੇ ਚੰਗੀ ਗੱਲ ਨੂੰ, ਸਹੀ ਗੱਲ ਨੂੰ ਪੁੱਠੇ ਪਾਸੇ ਲੈ ਜਾਂਦੇ ਨੇ। ਭਾਈਆਂ ਮੈਂ ਤੁਹਾਡੇ ਕੋਲ ਲੈਕ ਫੋਲੋਵਰ ਨਹੀਂ ਮੰਗ ਰਿਹਾ, ਮੈਂ ਇੱਕ ਨੇਕੀ ਕਰ ਰਿਹਾ ਵਾਂ। ਉਕਾੜੇ ਕੋ ਤੁਹਾਡਾ ਤਲਕ ਹੈ ਦਰਵੇਸ਼ ਬੰਦਾ, ਜੇ ਕਿੱਡੀ ਵੱਡੀ ਮਰਦੀ ਮੁਸੀਬਤ ਹੋਵੇ ਤੁਹਾਡੇ 'ਤੇ, ਮਾਲਕ ਨੇ ਤੁਹਾਡੇ 'ਤੇ ਰਹਿਮਤ ਕਰ ਦੇਣੀ ਹੈ ਜੇ ਬਾਬਾ ਸਾਬਰ ਲੱਭ ਜਾਵੇ। ਗਲੀਆਂ ਮੱਲਿਆਂ 'ਚ ਤੁਰ ਫਿਰ ਕੇ ਭਾਈਆਂ ਨੂੰ ਲੱਭਣਾ ਪੈਂਦਾ ਜੇ, ਬਾਬੇ ਸਾਬਰ ਦਾ ਇੱਕ ਟਿਕਾਣਾ ਨਹੀਂ ਹੈ। ਮਿਹਨਤ ਕਰ ਲਓਗੇ ਤਾਂ ਬਾਬਾ ਸਾਬਰ ਲੱਭ ਜਾਏਗਾ। ਜੇ ਤੁਸੀਂ ਕਹੋ ਜੀ ਅਸੀਂ ਉਕਾੜੇ ਜਾਵਾਂਗੇ ਸਾਨੂੰ ਦਸਤੀ ਲੱਭ ਜਾਏਗਾ, ਇਹ ਗੱਲ ਝੂਠੀ ਆ ਭਾਈਜਾਨ। ਮੈਂ ਅਰਫਲਿਓ ਜਾਂਦਾ ਵਾਂ, ਮੈਨੂੰ ਸਾਰੀ ਦਿਹਾੜੀ ਕਦੇ ਕਦੇ ਲੱਗ ਜਾਂਦੀ, ਲੱਭ ਲੈਂਦਾ ਪਰ ਕਦੇ ਕਦੇ ਨਹੀਂ ਵੀ ਲੱਭਦਾ। ਭਾਅ ਜੀ ਪ੍ਰਾਈਜ਼ ਬੌਂਡ ਲਾਟਰੀ ਵਾਲੇ ਨੰਬਰ ਵੀ ਦਿੰਦਾ, ਦਵਾ ਵੀ ਕਰ ਦਿੰਦਾ ਭਾਅ ਜੀ। ਉਹ ਭਾਅ ਜੀ ਇੱਕ ਕਿਰਾਏਦਾਰ ਨਹੀਂ ਮਾਈ ਦੇ ਬੂਹੇ 'ਤੇ ਜਾ ਕੇ ਬਹਿ ਗਿਆ ਸੀ ਸੁਬਾਹ ਦੇ ਟਾਈਮ, ਉਹਨੇ ਚਾਹ ਦਿੱਤੀ, ਮਾਈ ਨੇ ਰਸ ਦਿੱਤੇ। ਬਾਬਾ ਸਾਬਰ ਕਹਿਣ ਲੱਗਿਆ ਤੇਰੇ ਬੰਦੇ ਨੂੰ ਬੁਲਾ, ਮਾਈ ਕਿਰਾਏਦਾਰ ਨਹੀਂ ਸੀ। ਉਹਨੂੰ ਪ੍ਰਾਈਜ਼ ਬੌਂਡ ਨੰਬਰ ਦਿੱਤਾ ਉਸ ਮਾਈ ਦੇ ਬੰਦੇ ਨੂੰ, ਉਹਨਾਂ ਦਾ ਲੱਗ ਗਿਆ, ਉਹਨਾਂ ਨੇ ਆਪਦੀ ਜਗ੍ਹਾ ਲਈ। ਭਾਈਜਾਨ ਭਾਈਜਾਨ ਫੇਕ ਵੀਡੀਓ ਨਹੀਂ ਹੈ। ਬਾਬਾ ਸਾਬਰ ਦਰਵੇਸ਼ ਸੜਕ ਦੇ ਕਿਨਾਰੇ ਸੁੱਤਾ ਪਿਆ ਸੀ, ਟਰਾਲੀ ਟਰੈਕਟਰ ਲੰਘਿਆ, ਟਰਾਲੀ ਦਾ ਟਾਇਰ ਬਾਬੇ ਸਾਬਰ ਦੀ ਲੱਤ ਦੇ ਉੱਤੋਂ ਲੰਘ ਗਿਆ। ਭਾਈਜਾਨ ਮੇਰੀ ਗੱਲਾਂ 'ਤੇ ਗੌਰ ਕਰਨਾ, ਬਾਬੇ ਸਾਬਰ ਦੀ ਲੱਤ 'ਤੇ ਟਰਾਲੀ ਦਾ ਟਾਇਰ ਲੰਘ ਗਿਆ, ਦੋ ਜਗ੍ਹਾ ਤੋਂ ਲੱਤ ਟੁੱਟ ਗਈ, ਖੂਨ ਦੇ ਛੱਪੜ ਚੱਲ ਪਏ। ਬੰਦੇ ਇਕੱਠੇ ਹੋ ਗਏ ਵੀ ਬਾਬੇ ਦੀ ਲੱਤ ਟੁੱਟ ਗਈ, ਟਰਾਲੀ ਦਾ ਟਾਇਰ ਲੰਘਿਆ। ਇੱਕ ਬੰਦੇ ਨੇ ਟੈਲੀਫੋਨ ਕੀਤਾ, ਐਂਬੂਲੈਂਸ ਆ ਗਈ, ਬਾਬਾ ਜੀ ਗੱਡੀ ਦੇ ਵਿੱਚ ਬਵੋ, ਤੁਹਾਨੂੰ ਹਸਪਤਾਲ ਲੈ ਕੇ ਜਾਣਾ, ਤੁਹਾਡੀ ਲੱਤ ਟੁੱਟ ਗਈ। ਬਾਬਾ ਸਾਬਰ ਹੱਸੀ ਜਾਵੇ, ਕਹਿੰਦਾ ਲੱਤ ਮੇਰੀ ਟੁੱਟ ਗਈ, ਤਕਲੀਫ ਤੁਹਾਨੂੰ, ਪਾਣੀ ਵਾਲੀ ਬੋਤਲ ਦਿਓ, ਪਾਣੀ ਵਾਲੀ ਬੋਤਲ ਦਿਓ। ਬੰਦਿਆਂ ਨੇ ਪਾਣੀ ਵਾਲੀ ਬੋਤਲ ਦਿੱਤੀ, ਬਾਬਾ ਮਿੱਟੀ ਦੇ ਵਿੱਚ ਬੈਠਾ ਸੀ, ਜ਼ਮੀਨ 'ਤੇ ਬੈਠਾ ਸੀ। ਬਾਬੇ ਨੇ ਗਾਰਾ ਬਣਾਇਆ, ਲੱਤ ਦੇ ਉੱਤੋਂ ਗਾਰੇ ਦਾ ਲੇਪ ਕੀਤਾ, ਭਾਈਜਾਨ ਗਾਰੇ ਦਾ ਲੇਪ, ਮੌਕੇ 'ਤੇ ਖੂਨ ਬੰਦ ਹੋ ਗਿਆ। ਚਾਰ ਦਿਨ ਬਾਬਾ ਸਾਬਰ ਗਾਰੇ ਦਾ ਲੇਪ ਕਰਦਾ ਰਿਹਾ, ਪੰਜਵੇਂ ਦਿਨ ਉੱਠ ਕੇ ਤੁਰ ਪਿਆ। ਭਾਈਜਾਨ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ।